ਅੱਜ ਵਰਲਡ ਅਰਥਡੇ ਮਨਾਇਆ ਜਾ ਰਿਹਾ ਦੁਨੀਆ ਦੇ ਵਿੱਚ 22 ਅਪ੍ਰੈਲ 1970 ਨੂੰ ਸੈਨ ਫ੍ਰਾਂਸਿਸਕੋ ਦੇ ਵਿੱਚ ਕੁਝ এনਵਾਇਰਨਮੈਂਟਲਿਸਟ ਸੀਗੇ ਜਿਹੜੇ ਜੋਨ ਮੈਕੋਨਲ ਤੇ ਵਿਸਕਾਨਸਨ ਸੈਨੇਟਰ ਗਲੋਡ ਨੈਲਸਨ ਉਹਨਾਂ ਨੇ ਅਮਰੀਕਾ ਦੇ ਵਿੱਚ ਲੋਕਾਂ ਨੂੰ ਅੱਜ ਦੇ ਦਿਨ 1970 ਦੇ ਵਿੱਚ ਅਪੀਲ ਕੀਤੀ ਸੀ ਕਿ ਤੁਸੀਂ ਵਾਤਾਵਰਨ ਨੂੰ ਬਚਾਉਣ ਦੇ ਲਈ ਤੁਸੀਂ ਇਸ ਧਰਤੀ ਨੂੰ ਬਚਾਉਣ ਦੇ ਲਈ ਜ਼ਹਿਰੀਲੇ ਪੀਣ ਵਾਲੇ ਪਾਣੀ ਤੋਂ ਬਚਣ ਦੇ ਲਈ ਹਵਾ ਪ੍ਰਦੂਸ਼ਣ ਤੋਂ ਬਚਣ ਲਈ ਤੇ ਕੀਟਨਾਸ਼ਕਾਂ ਦੇ ਪ੍ਰਭਾਵਾਂ ਨਾਲ ਜੁੜੇ ਖਤਰਨਾਕ ਮੁੱਦਿਆਂ ਦੇ ਨਾਲ ਨਜਿੱਠਣ ਲਈ ਘਰਾਂ ਚੋਂ ਬਾਹਰ ਨਿਕਲੋ ਮੁਜ਼ਾਰੇ ਕਰੋ ਅੱਜ ਦੇ ਦਿਨ 20 ਮਿਲੀਅਨ ਲੋਕ ਅਮਰੀਕਾ ਦੇ ਵਿੱਚ ਜਿਹੜਾ ਉਸ ਵੇਲੇ ਅਮਰੀਕਾ ਦੀ ਆਬਾਦੀ ਦਾ ਦਸਵਾਂ ਹਿੱਸਾ ਸੀ ਬਾਹਰ ਨਿਕਲੇ ਸੀ ਇੱਥੇ ਇਹਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ ਪਹਿਲੀ ਵਾਰ ਅੱਜ ਦੇ ਦਿਨ ਅਮਰੀਕਾ ਦੇ ਵਿੱਚੋਂ ਇਹ ਲਹਿਰ ਉੱਠੀ ਸੀ ਇੱਕ ਇਹ ਉਸ ਵੇਲੇ ਦੁਨੀਆ ਦਾ ਸਭ ਤੋਂ ਵੱਡਾ ਆਰਗੇਨਾਈਜ਼ਡ ਡੈਮੋਨਸਟ੍ਰੇਸ਼ਨ ਸੀ 22 April 1970 ਨੂੰ 20 ਮਿਲੀਅਨ ਲੋਕਾਂ ਦਾ ਪਹਿਲਾ ਧਰਤੀ ਦਿਵਸ ਮਨਾਇਆ ਗਿਆ ਸੀ ਉਹੀ ਦਿਨ ਅੱਜ ਆ ਲੋਕ ਉਸ ਵੇਲੇ ਕਾਲਜ ਕੈਂਪਸ ਦੇ ਵਿੱਚ ਸ਼ਹਿਰ ਦੇ ਚੌਂਕਾਂ ਦੇ ਵਿੱਚ ਇਕੱਠੇ ਹੋਏ ਸੀ ਤਾਂ ਕਿ ਇੱਕ ਦੂਜੇ ਨੂੰ ਦੱਸ ਸਕਣ ਇੱਕ ਦੂਜੇ ਤੋਂ ਸਿੱਖ ਸਕਣ ਉਸ ਵੇਲੇ ਅਮਰੀਕੀ ਇਤਿਹਾਸ ਦਾ ਸਭ ਤੋਂ ਵੱਡਾ ਸੰਗਠਿਤ ਪ੍ਰਦਰਸ਼ਨ ਦਾ ਹਿੱਸਾ ਬਣੇ ਸੀ ਉਸ ਦਿਨ ਨੂੰ ਅੱਜ ਦੁਨੀਆ ਦੇ ਵਿੱਚ ਸੈਲੀਬ੍ਰੇਟ ਕੀਤਾ ਜਾ ਰਿਹਾ ਅੱਜ ਫੇਰ ਅਮਰੀਕਾ ਨੇ ਇਸ ਗੱਲ ਦੇ ਉੱਤੇ ਦੁਨੀਆ ਨੂੰ ਲੀਡ ਕਰਨਾ ਸ਼ੁਰੂ ਕੀਤਾ ਸਮਿਟ ਦੇ ਵਿੱਚ ਜਿਹੜੀ ਗੱਲਬਾਤ ਕੀਤੀ ਹੈ ਸਾਰੇ ਦੇਸ਼ਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਔਰ ਇਹਦੇ ਵਿੱਚ ਅੱਜ ਫੇਅਰ ਅਮਰੀਕਾ ਲੀਡ ਕਰ ਰਿਹਾ ਔਰ ਉਹਨਾਂ ਨੇ ਪ੍ਰਣ ਕੀਤਾ ਕਿ ਅਸੀਂ 2035 ਤੱਕ 50% ਜਿਹੜੀਆਂ ਗ੍ਰੀਨ ਹਾਊਸ ਗੈਸੇਜ਼ ਆ ਖਾਸ ਕਰ ਕਾਰਬਨ ਡਾਈਆਕਸਾਈਡ ਆ ਉਹਦੇ ਮਿਸ਼ਨ ਨੂੰ ਘਟਾ ਦਵਾਂਗੇ ਦੁਨੀਆ ਦੇ ਵਿੱਚ ਗਰਮੀ ਓਨੀ ਜ਼ਿਆਦਾ ਵੱਧਦੀ ਆ ਜਿੰਨੀਆਂ ਗ੍ਰੀਨ ਹਾਊਸਸ ਗੈਸੇਜ਼ ਖਾਸ ਕਰਕੇ ਕਾਰਬਨ ਡਾਈਆਕਸਾਈਡ ਵੱਧ ਹੋਵੇ ਇਹ ਕਾਰਬਨ ਡਾਈਆਕਸਾਈਡ ਜਿੱਥੋਂ ਵੀ ਨਿਕਲਦੀ ਆ ਗੱਡੀਆਂ ਦੇ ਵਿੱਚੋਂ ਹੋਰ ਬਾਕੀ ਥਾਵਾਂ ਦੇ ਵਿੱਚੋਂ ਅਮਰੀਕਾ ਨੇ ਕਿਹਾ ਕਿ ਅਸੀਂ ਇਹਨੂੰ 50% ਤੱਕ 235 ਤੱਕ ਘਟਾ ਦੇਵਾਂਗੇ ਅੱਜ ਇਸ ਦਿਨ ਦੇ ਉੱਤੇ 192 ਦੇਸ਼ਾਂ ਨੇ ਇਸ ਦਿਨ ਨੂੰ ਅਪਣਾਇਆ ਆ ਸਾਰੇ ਲੋਕ ਇਕੱਠੇ ਹੋ ਕੇ ਇਸ ਧਰਤੀ ਮਾਤਾ ਦੀ ਸਾਂਭ ਸੰਭਾਲ ਦੀ ਕੁਝ ਨਾ ਕੋ ਚੰਗਾ ਕਰਨ ਦਾ ਪ੍ਰਣ ਲੈਂਦੇ ਆ ਇਹਦੇ ਬਾਰੇ ਵਿਗਿਆਨੀਆਂ ਨੇ ਇੱਕ ਚੇਤਾਵਨੀ ਵੀ ਦਿੱਤੀ ਆ ਕਿ 2021 ਦਾ ਸਾਲ ਜਿਹੜਾ ਇਹ ਸਾਲ ਚੱਲ ਰਿਹਾ ਆ ਇਹ ਸਭ ਤੋਂ ਗਰਮ ਸਾਲ ਹੋ ਸਕਦਾ ਇੱਕ ਸਟੱਡੀ ਕੀਤੀ ਗਈ ਆ ਕਿ ਇਸ ਸਾਲ ਦੇ ਅੰਤ ਤੱਕ 18ਵੀਂ ਸਦੀ ਯਾਨੀ ਕਿ ਅਜੇ ਤੋਂ 300 ਸਾਲ ਪਹਿਲਾਂ ਜਿਹੜੀ ਉਦਯੋਗਿਕ ਕ੍ਰਾਂਤੀ ਹੋਈ ਸੀ ਉਹਦੇ ਤੋਂ ਪਹਿਲਾਂ ਜਿਹੜੀ ਕਾਰਬਨ ਨਿਕਾਸ ਦਾ ਪੱਧਰ ਸੀ ਕਾਰਬਨ ਡਾਈਆਕਸਾਈਡ ਦਾ ਪੱਧਰ ਸੀ ਉਦੋਂ ਨਾਲੋਂ ਅਜੇ ਤੋਂ 300 ਸਾਲ ਨਾਲੋਂ ਅੱਜ 50% ਜ਼ਿਆਦਾ ਹੋਊਗਾ। ਇਸ ਸਟੱਡੀ ਦੇ ਵਿੱਚ ਯੂਐਸ ਤੇ ਯੂਕੇ ਦੇ ਜਿਹੜੇ ਸਾਇੰਟਿਸਟ ਆ ਉਹਨਾਂ ਨੇ ਹਵਾਈ ਤੇ ਬਰਫੀਲੇ ਖੇਤਰਾਂ ਦੇ ਵਿੱਚ ਕਾਰਬਨ ਡਾਈਆਕਸਾਈਡ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਤੇ ਉਹ ਦੱਸਦੇ ਆ ਕਿ 1750 ਤੋਂ ਲੈ ਕੇ 1800 ਤੱਕ ਜਿਹੜਾ ਕਾਰਬਨ ਡਾਈਆਕਸਾਈਡ ਦਾ ਲੈਵਲ 278 ਪਾਰਟਸ ਪਰ ਮਿਲੀਅਨ ਸੀ ਉਹਨੂੰ ਮਿਲਣ ਦਾ ਤਰੀਕਾ ਵੀ ਕਿੰਨਾ ਹੈ 278 ਸੀ ਉਸ ਵੇਲੇ ਕਾਰਬਨ ਡਾਈਆਕਸਾਈਡ ਪਾਰਟਸ ਪਰ ਮਿਲੀਅਨ ਤੇ ਸਾਡੇ ਇਸ ਸਮੇਂ ਦੇ ਵਿੱਚ ਕਾਰਬਨ ਡਾਈਆਕਸਾਈਡ ਦਾ ਪੱਧਰ ਮਾਰਚ 2021 ਵਿੱਚ 417 ਪਾਰਟਸ ਪਰ ਮਿਲੀਅਨ ਦੇ ਵਿੱਚ ਪਹੁੰਚ ਗਿਆ ਸੋ ਇਹਦਾ ਮਤਲਬ ਇਹ ਆ ਮਾਹਰ ਭਵਿੱਖਬਾਣੀ ਕਰ ਰਹੇ ਆ ਇਸ ਧਰਤੀ ਦਿਵਸ ਦੇ ਉੱਤੇ ਕਿ ਮਈ ਤੱਕ ਕਾਰਬਨ ਦਾ ਨਿਕਾਸ ਹੋਰ ਵਧਣਾ ਤੇ ਨਾਲ ਜਿਹੜੀ ਐਵਰੇਜ ਆ ਉਹ 2021 ਵਿੱਚ 419 ਪਾਰਟਸ ਪਰ ਮਿਲੀਅਨ ਤੱਕ ਪਹੁੰਚ ਜਾਣੀ ਹੈ ਜਾਨੀ ਕਿ ਦੁੱਗਣੀ ਲੰਡਨ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਈਮਨ ਲੇਵਸ ਨੇ ਕਿਹਾ ਹੈ ਕਿ ਵਾਤਾਵਰਨ ਦੇ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ 25% ਵਧਣ ਦੇ ਲਈ 200 ਸਾਲ ਲੱਗੇ ਆ ਜਿੰਨੀ ਕਾਰਬਨ ਡਾਈਆਕਸਾਈਡ ਪਹਿਲਾਂ ਸੀ ਇਹ ਗੈਸ ਗ੍ਰੀਨ ਹਾਊਸ ਗੈਸ ਪਹਿਲਾਂ ਸੀ ਇਹ ਵਧਣ ਦੇ 25% ਵਧਣ ਦੇ ਵਿੱਚ 200 ਸਾਲ ਲੱਗੇ ਆ ਤੇ ਜਿਹੜੀ ਕਿ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਦੇ ਪੱਧਰ ਤੋਂ 30 ਸਾਲਾਂ ਦੇ ਵਿੱਚ ਹੀ 50% ਤੱਕ ਪਹੁੰਚ ਗਈ ਹੈ ਸੋ ਸਾਨੂੰ ਮੌਸਮ ਦੇ ਵਿੱਚ ਤਬਦੀਲੀ ਦੀ ਜਿਹੜੀ ਆ ਉਹਦੇ ਨਾਲ ਨਜਿੱਠਣਾ ਪੈ ਰਿਹਾ ਅੱਜ ਜਿਹੜਾ ਇਹ ਸਮਿਟ ਚੱਲ ਰਿਹਾ ਆ ਇਹਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਉਹ ਵੀ ਸ਼ਾਮਲ ਹੋਏ ਆ ਉਹਨਾਂ ਨੇ ਵੀ ਕਿਹਾ ਕਿ ਸਾਨੂੰ ਮੌਸਮ ਵਿੱਚ ਤਬਦੀਲੀ ਦੀ ਚੁਣੌਤੀ ਨਾਲ ਨਜਿੱਠਣ ਲਈ ਤੇਜ਼ ਤੇ ਠੋਸ ਕਦਮ ਚੁੱਕਣੇ ਪੈਣਗੇ ਵੱਡੇ ਪੱਧਰ ਤੇ ਵਿਸ਼ਵ ਦੇ ਪੱਧਰ ਦੇ ਉੱਤੇ ਸਾਨੂੰ ਜਾਣਾ ਪਊਗਾ ਤੇ ਭਾਰਤ ਵੀ ਇਹਦੇ ਲਈ ਆਪਣਾ ਪ੍ਰਣ ਕਰ ਰਿਹਾ ਦੁਨੀਆ ਦੇ ਬਹੁਤ ਸਾਰੇ ਦੇਸ਼ ਆ ਉਹਨਾਂ ਨੇ ਇਹਦੇ ਵਿੱਚ ਆਪਣਾ ਟੀਚਾ ਦੱਸਿਆ ਆ ਕਿ ਇਸ ਟੀਚੇ ਤੱਕ ਅਸੀਂ ਪਹੁੰਚਾਂਗੇ ਅਮਰੀਕਾ ਇਹ ਸਾਰੇ ਕੁਝ ਨੂੰ ਜਿਹੜਾ ਲੀਡ ਕਰ ਰਿਹਾ ਤੇ ਕੋਲੇ ਤੇ ਪੈਟਰੋਲੀਅਮ ਵਰਗੀਆਂ ਚੀਜ਼ਾਂ ਦੇ ਨੁਕਸਾਨ ਦੇ ਮੱਦੇਨਜ਼ਰ ਇਹਨਾਂ ਦੀ ਵਰਤੋਂ ਨੂੰ 50% ਘਟਾਉਣ ਦਾ ਅਮਰੀਕਾ ਫੈਸਲਾ ਕਰ ਰਿਹਾ ਹੈ ਤੇ ਇਸੇ ਤਰ੍ਹਾਂ ਬਾਕੀ ਜਿਹੜੇ ਚੀਨ ਵਰਗੇ ਦੇਸ਼ ਆ ਉਹਨਾਂ ਨੂੰ ਵੀ ਇਹ ਉਦਾਹਰਣ ਮਿਲੂਗੀ ਤੇ ਉਹ ਵੀ ਇਸ ਗੱਲ ਤੋਂ ਸਿੱਖਣਗੇ ਤੇ ਅੱਜ ਦੇ ਦਿਨ ਇਸ ਚੀਜ਼ ਨੂੰ ਜਿਹੜਾ ਪਹਿਲ ਦੇਣਗੇ ਜੋ ਬਾਈਡਨ ਨੇ 20 ਜਨਵਰੀ ਜਦੋਂ ਅਹੁਦੇ ਦੀ ਸੌਂ ਚੁੱਕੀ ਸੀ ਉਹਦੇ ਤੋਂ ਬਾਅਦ ਆਪਣੇ ਪਹਿਲੇ ਭਾਸ਼ਣ ਦੇ ਵਿੱਚ ਹੀ ਜਲਵਾਯੂ ਤਬਦੀਲੀ ਦੇ ਮੁੱਦੇ ਦੇ ਉੱਤੇ ਜ਼ਿਕਰ ਕੀਤਾ ਸੀ ਪੈਰਿਸ ਜਿਹੜਾ ਸਮਝੌਤਾ ਸੀ ਉਹਦੇ ਵਿੱਚ ਰਾਸ਼ਟਰਪਤੀ 트럼ਪ ਉਸ ਵੇਲੇ ਬਾਹਰ ਹੋ ਗਏ ਸੀ ਜੋ ਬਾਈਡਨ ਉਹਨੇ ਦੁਬਾਰਾ ਫਿਰ ਉਹਦੇ ਵਿੱਚ ਜਿਹੜਾ ਇੱਕ ਜੁਆਇਨ ਕੀਤਾ ਸੀ ਤੇ ਵਿਸ਼ਵ ਮੌਪੀ ਮਾਹੌਲ ਦੇ ਵਿੱਚ ਸੁਧਾਰ ਲਿਆਉਣ ਦੀ ਗੱਲਬਾਤ ਕੀਤੀ ਸੀ ਪਹਿਲਾਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਸ਼ੀ ਜਿਨਪਿੰਗ ਇਸ ਸਮੇਲਨ ਦਾ ਹਿੱਸਾ ਨਹੀਂ ਹੋਣਗੇ ਬਾਅਦ ਦੇ ਵਿੱਚ ਜਿਹੜੇ ਜੋ ਬਾਈਡਨ ਦੇ ਵਾਤਾਵਨ ਰਾਜਦੂਤ ਜਿਮ ਕੈਰੀ ਆ ਉਹ ਇਹਦੇ ਬਾਰੇ ਚੀਨ ਦੇ ਵਿਦੇਸ਼ ਮੰਤਰੀ ਨਾਲ ਉਹਨਾਂ ਨੇ ਗੱਲਬਾਤ ਕੀਤੀ ਤੇ ਫਿਰ ਫੈਸਲਾ ਲਿਆ ਗਿਆ ਕਿ ਜਿਨਪਿੰਗ ਵੀ ਇਸ ਵਰਚੁਅਲ ਸਮੇਲਨ ਦੇ ਵਿੱਚ ਹਿੱਸਾ ਬਣਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ